सलाम नमस्ते सत श्रीकाल जी सारिआं नूं। ते अज दी जिहड़ी वीडियो, अज दी वीडियो च आपां बनावांगे मिट्टी दा तंदूर। ते मिट्टी दा तंदूर आपां पूरी डिटेल च वीडियो बनावांगे। तंदूर बनाउण च मेहनत बहुत ज़्यादा लगती है। ते वीडियो नूं लाइक शेयर ते चैनल नूं सबसक्राइब जरूर कर दिओ, क्योंकि चैनल अपना नवा है। ते चलो चलिए जी, करदे हां वीडियो नूं शुरू। ते ਕਿਹੜੀ मिलते ਮਿੱਟੀ? हैं फिर बाद। ये असीं थैला भर के रख लिया है। इदां दी मिट्टी चाहिए आपां नूं तंदूर बनाउण वास्ते। खेतां वाली मिट्टी नहीं चलनी हैगी, इच इदां दी चाहिए मिट्टी। ਕਿਉਂ ਕਿ ਰੱਖਦੀ ਸੀਗੀ ਇੱਕ ਦਿਨ ਭਿੱਜਣੇ ਤੋਂ ਬਾਅਦ ਇਦਾਂ ਦੀ ਹੋ ਜਾਏਗੀ। ਆ ਹੁੰਦੀ ਹੈ ਜੀ ਰਿਣ ਬਰੀਕ। ਤੂੜੀ ਨੂੰ ਛਾਨਣ ਤੋਂ ਬਾਅਦ ਇਦਾਂ ਦੀ ਰਿਣ ਨਿਕਲਦੀ ਹੈ। ਹੁਣ ਤੋਂ ਬਾਅਦ ਜਿੰਨੇ ਵੀਡੀਓ ਹੋਊਗੇ ਸਾਰੀਆਂ ਪੰਜਾਬੀ 'ਚ ਹੋਣਗੀਆਂ। ਇਹ ਬਹੁਤ ਜ਼ਿਆਦਾ ਬਰੀਕ ਹੁੰਦੀ ਹੈ, ਇਹਨੂੰ ਛਾਨਣਾ ਹੈ ਆਪਾਂ ਨੇ ਤੂੜੀ ਨੂੰ, ਉਹ ਤੋਂ ਬਾਅਦ ਨਿਕਲਦੀ ਹੈ ਇਹ। ਇਹ ਹੁੰਦੀ ਹੈ ਜੀ ਰਿਣ। ਪਹਿਲੀ ਵਾਰ ਆਪਾਂ ਨੇ ਮਿੱਟੀ ਜ਼ਿਆਦਾ ਰੱਖੀ ਸੀਗੀ ਅਤੇ ਰਿਣ ਘੱਟ ਸੀਗੀ, ਪਰ ਇਸ ਵਾਰੀ ਆਪਾਂ ਨੇ ਥੋੜ੍ਹਾ ਜਿਹਾ ਚੇਂਜ ਕਰਨਾ ਹੈ। ਇਸ ਵਾਰੀ ਆਪਾਂ ਰਿਣ ਜ਼ਿਆਦਾ ਰੱਖਣੀ ਹੈ ਮਿੱਟੀ ਤੋਂ, ਥੋੜ੍ਹੀ ਜ਼ਿਆਦਾ ਰੱਖਣੀ, ਇੰਨੀ ਜ਼ਿਆਦਾ ਵੀ ਨਹੀਂ। ਉਹ ਤੰਦੂਰ ਆਪਣਾ ਹਲਕਾ ਬਣੂਗਾ ਬਿਲਕੁਲ, ਅਤੇ ਰਿਣ ਜ਼ਿਆਦਾ ਰੱਖਾਂਗੇ ਇਸ ਵਾਰੀ ਆਪਾਂ। ਅਤੇ ਉੱਪਰ ਚੱਲ ਰਹੀ ਹੈ ਹਵਾ, ਨੀਚੇ ਮਲ ਲੈਣਾ ਆਪਾਂ ਨੇ ਮਿੱਟੀ ਨੂੰ ਚੰਗੀ ਤਰ੍ਹਾਂ, ਅੱਛੀ ਚੰਗੀ ਤਰ੍ਹਾਂ ਮਲਾ ਲੈਣਾ। ਉਹ ਤੋਂ ਬਾਅਦ ਫਿਰ ਬਾਕੀ ਦੀ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ। ਪਹਿਲਾਂ ਲੈਣਾ ਆਪਾਂ ਇੱਕ, ਇਹਨੂੰ ਇਧਰਲੀ ਸਾਈਡ ਤੋਂ ਆਪਾਂ ਨੇ ਕੱਟ ਲਿਆ। ਇੱਕ ਸਾਈਡ ਤੋਂ ਖੁੱਲ੍ਹਾ ਹੈ ਮੂੰਹ, ਇਹਦਾ ਮੂੰਹ ਬਿਲਕੁਲ ਸਾਫ਼ ਹੋਣਾ ਚਾਹੀਦਾ। ਆਪਾਂ ਨੇ ਵੀਡੀਓ ਪੂਰੀ ਡਿਟੇਲ 'ਚ ਬਣਾਉਣੀ, ਇਸ ਵਾਰੀ ਆਪਾਂ ਨੇ ਥੋੜ੍ਹੀ ਲੰਬੀ ਹੋ ਜਾਊਗੀ। ਪਹਿਲਾਂ ਨੀਚੇ ਰਿਣ ਵਿਛਾ ਲੈਣੀ ਆਪਾਂ ਇੱਦਾਂ, ਤਾਂ ਕਿ ਚਿਪਕੇ ਨਾ ਮਿੱਟੀ ਥੱਲੇ ਥੱਲੇ। ਅਤੇ ਆਪਣੇ 700 ਸਬਸਕ੍ਰਾਈਬਰ ਪੂਰੇ ਹੋ ਗਏ ਹੈ ਜੀ, ਅਤੇ 32,000 ਵਿਊ ਹੋ ਗਿਆ ਆਪਣੇ ਤੰਦੂਰ ਵਾਲੀ ਵੀਡੀਓ 'ਤੇ। ਬਹੁਤ ਬਹੁਤ ਧੰਨਵਾਦ ਤੁਹਾਡਾ ਸਪੋਰਟ ਕਰਨ ਵਾਸਤੇ। ਇਸੇ ਕਰਕੇ ਅਸੀਂ ਦੁਬਾਰਾ ਡਿਟੇਲ 'ਚ ਪਾ ਰਹੇ ਹਾਂ ਵੀਡੀਓ। ਕਈ ਬਾਈ ਪੁੱਛਦੇ ਹੈ ਵੀ ਮਿੱਟੀ ਕਿਹੜੀ ਹੈ ਅਤੇ ਆਹ ਕਿਆ ਮਿਲਾ ਹੈ, ਇਸ ਕਰਕੇ ਵੀਡੀਓ ਦੁਬਾਰੇ ਪਾਈ ਹੈ। ਮਿੱਟੀ ਦੇ ਰਹਿਣੇ ਇਸ ਤਰ੍ਹਾਂ ਦੀ ਤਿਆਰ ਹੋਣੀ ਚਾਹੀਦੀ ਹੈ, ਬਿਲਕੁਲ ਚਿੜੀ। ਆ ਪਿਆ ਜੀ ਸੁੱਕਾ ਰੇਤਾ। ਹੁਣ ਆਪਾਂ ਨੇ ਸੁੱਕੇ ਰੇਤੇ ਨੂੰ ਥੈਲੇ 'ਚ ਭਰਨਾ, ਸਮਿੰਟ ਵਾਲੇ 'ਚ। ਆਪਾਂ ਨੇ ਇਸ ਤਰ੍ਹਾਂ ਗਾਰਾ ਲਗਾ ਲਿਆ ਥੈਲੇ ਦੇ ਚਾਰੇ ਪਾਸੇ, ਤਾਂ ਕਿ ਰੇਤਾ ਬਾਹਰ ਨਾ ਆਵੇ। ਇਸ ਤਰ੍ਹਾਂ ਪਹਿਲਾਂ ਆਪਾਂ ਨੇ ਰੋਕ ਲੈਣਾ ਰੇਤਾ, ਉਹ ਤੋਂ ਬਾਅਦ ਇਹਨੂੰ ਹੱਥ ਮਾਰ ਕੇ ਪੂਰਾ ਥੈਲੇ ਨੂੰ ਹੱਥ ਮਾਰ ਮਾਰ ਕੇ ਗੋਲ ਸ਼ੇਪ ਦੇਣੀ ਹੈ ਆਲੇ ਦੁਆਲੇ। ਸ਼ੇਪ ਕਿਸ ਤਰ੍ਹਾਂ ਦੇਣੀ ਹੈ ਉਹ ਦਿਖਾਉਂਦੇ ਹਾਂ ਤੁਹਾਨੂੰ। ਇਹਨੂੰ ਪੂਰੀ ਆਪਾਂ ਤੰਦੂਰ ਦੀ ਸ਼ੇਪ ਦੇਣੀ ਹੈ ਗਲਾਈ 'ਚ। ਸ਼ੇਪ ਹੋ ਗਈ ਤੰਦੂਰ ਦੀ ਤਿਆਰ। ਇੱਕ ਵਾਰੀ ਫਿਰ ਦੇਖ ਲਓ, ਇੱਦਾਂ ਦਾ ਮਲਣ ਤਿਆਰ ਕਰਨਾ ਆਪਾਂ। ਉਸ ਤੋਂ ਬਾਅਦ ਹੁਣ ਲਗਾਉਣਾ ਸ਼ੁਰੂ ਕਰਦੇ ਹਾਂ ਥੱਲੇ ਦੇ ਆਲੇ ਦੁਆਲੇ। ਦੋ
ਉਹਦੀ ਮੋਟਾਈ ਇੰਨੀ ਚਾਹੀਦੀ ਹੈ ਬਸ ਆਪਾਂ ਇੰਨੀ ਇਹ ਅੱਧੀ ਇੰਚੀ ਤੋਂ ਵੀ ਘੱਟ ਇੰਨੀ ਇੰਨੀ ਮੋਟਾਈ ਰੱਖਣੀ ਹੁਣ ਚਾਰੋਂ ਪਾਸੇ ਨਾ ਜ਼ਿਆਦਾ ਮੋਟਾ ਨਾ ਜ਼ਿਆਦਾ ਪਤਲਾ ਨੇ ਮੂੰਹ ਬਣਾਉਣਾ ਨੀਚੋਂ ਹਵਾ ਪੈਣ ਨੂੰ ਇਹ ਤਿਆਰ ਕਰੂੰਗੀ ਅਸੀਂ ਤੰਦੂਰ ਦਾ ਢੱਕਣ ਉੱਪਰ ਰੱਖਣ ਵਾਸਤੇ ਵੈਸੇ ਲੋੜ ਨਹੀਂ ਹੈਗੀ चक सकते हैं हाथ पा के इस तरह जी तंदूर साडा टुट के हौली हौली तैयार हो गया इन आप कांडी नाल ना मिस्त्री वाली जी कांडी होंगी है वो इस तरह शेप दे सकते हैं हम कांडी मेरे को है नहीं है ये टाइल वाले शेप दे रहा है इन्हें क्या एक थोड़ी जी सफाई आ जाती है बाहरों इदा इदा तुम शेप दे सकते हो इदा शेप देने का फायदा यह है कि अंदरों तंदूर में जो सट्ट बजूगी इतों आप सट्ट मारनी इतों आप बाहरों सट्ट मारनी जो अंदर थैले जाके टच होना तंदूर तो अंदरों भी सफाई आती चले जानी है इदा आप सट्ट मार लेनी है तंदूर में चार पास तो ਤੰਦੂਰ ਦਾ
ਵਿੱਚੋਂ ਮੂੰਹ ਇਹ ਖੋਲਿਆ ਕਰਦ ਨਾਲ ਅਤੇ ਰੇਤਾ ਨੀਚੇ ਗਿੱਲਾ ਹੈ ਕਿਉਂਕਿ ਬਾਰਿਸ਼ ਤਿੰਨ ਚਾਰ ਦਿਨ ਬਹੁਤ ਪਈ ਹੈ ਅਤੇ ਇਹਨੂੰ ਥੋੜ੍ਹਾ ਜਿਹਾ ਅੰਦਰੋਂ ਸੁੱਕ ਜਾਏਗਾ ਇਸ ਕਰਕੇ ਆਪਾਂ ਨੂੰ ਰੇਤਾ ਕੱਢਣਾ ਪੈਣਾ ਜਲਦੀ ਤੋਂ ਜਲਦੀ ਨਹੀਂ ਤਾਂ ਅਗਰ ਦੁਬਾਰਾ ਬਾਰਿਸ਼ ਆ ਗਈ ਤਾਂ ਸਾਰਾ ਤੰਦੂਰ ਖਰਾਬ ਹੋ ਜਾਣਾ ਹੈ ਅਸੀਂ ਇਹਨੂੰ ਘੁਮਾ ਲਿਆ ਥੋੜ੍ਹਾ ਇੱਧਰ ਅਤੇ ਲਓ ਜੀ ਹੁਣ ਸੁੱਕਾ ਰੇਤਾ ਨਿਕਲਣਾ ਸ਼ੁਰੂ ਹੋ ਗਿਆ ਉੱਪਰੋਂ ਹੌਲੀ ਹੌਲੀ ਇਹਨੇ ਖਾਲੀ ਹੋ ਜਾਣਾ ਬਿਲਕੁਲ ਆਹ ਤਾਂ ਦੇਖੋ ਜੀ ਸੁੱਕਾ ਰੇਤਾ ਭਰਨ ਦਾ ਇਹ ਫਾਇਦਾ ਹੁਣ ਇਹ ਆਪਣੇ ਆਪ ਆਉਣਾ ਸ਼ੁਰੂ ਹੋ ਜਾਣਾ ਇਹ ਦੇਖੋ ਅੰਦਰੋਂ ਹੁਣ ਖਾਲੀ ਹੋਣਾ ਸ਼ੁਰੂ ਹੋ ਗਿਆ ਖੁਰਪੀ ਮਾਰਨੇ ਆਪਾਂ ਨੇ ਜਲਦੀ ਨੀਚੇ ਚਲੇ ਜਾਂਦੇ ਦੇਖੋ ਹੈਲੋ ਜੀ ਤੰਦੂਰ ਸਾਡਾ ਸਾਰਾ ਖਾਲੀ ਹੋ ਗਿਆ ਰੇਤਾ ਇੱਕ ਬਾਈ ਨੇ ਕਮੈਂਟ ਕਰਿਆ ਸੀਗਾ ਕਹਿੰਦਾ ਵੀ ਮੇਨ ਮਸਲਾ ਤਾਂ ਥੈਲਾ ਕੱਢਣ ਦਾ ਹੀ ਹੈ ਵੀ ਥੈਲਾ ਕੱਢਦੇ ਕਿਵੇਂ ਕਿਉਂਕਿ ਥੈਲਾ ਚਿਪਕਿਆ ਹੁੰਦਾ ਇਸ ਤਰ੍ਹਾਂ ਦਾ ਬਿਲਕੁਲ ਨਹੀਂ ਹੈ ਕੁਛ ਵੀ ਜਦੋਂ ਤੰਦੂਰ ਸਾਡਾ ਸੁੱਕ ਜਾਂਦਾ ਉਦੋਂ ਥੈਲਾ ਵੀ ਬਿਲਕੁਲ ਆਰਾਮ ਨਾਲ ਨਿਕਲ ਜਾਂਦਾ ਇਹ ਦੇਖੋ ਹੁਣ ਥੈਲਾ ਕੱਢ ਕੇ ਦਿਖਾਉਂਦੇ ਤੁਹਾਨੂੰ ਕੋਈ ਦਿੱਕਤ ਨਹੀਂ ਹੈਗੀ ਥੈਲੇ ਨੂੰ ਇਹ ਦੇਖੋ ਥੈਲਾ ਆਰਾਮ ਨਾਲ ਬਿਲਕੁਲ ਨਿਕਲ ਜਾਂਦਾ ਇਹ ਦੇਖੋ ਇੱਦਾਂ ਖਿੱਚ ਲੈਣਾ ਆਪਾਂ ਥੈਲਾ ਲਓ ਜੀ ਥੈਲਾ ਨਿਕਲ ਗਿਆ ਦੇਖ ਲਓ ਆਹ ਸਾਡਾ ਤੰਦੂਰ ਹੈ ਵਿੱਚੋਂ ਇਹਨੂੰ ਥੋੜ੍ਹਾ ਜਿਹਾ ਹੁਣ ਹਲਕਾ ਹਲਕਾ ਆਪਾਂ ਵਿੱਚੋਂ ਰਿਪੇਅਰ ਕਰ ਦੇਣੀ ਹੈ ਇੱਕ ਵਾਰੀ ਅਤੇ ਦੁਬਾਰਾ ਕੋਈ ਮੋਟੀਆਂ ਨਹੀਂ ਹੁੰਦੀਆਂ ਇਹਦੇ ਜ਼ਿਆਦਾ ਥੋੜ੍ਹਾ ਬਹੁਤਾ ਮਿੱਟੀ ਲੱਗੀ ਰਹਿ ਜਾਂਦੀ ਹੈ ਇਹਨੂੰ ਤਾਂ ਕਰਕੇ ਲੱਗਦਾ ਵੀ ਦੁਬਾਰਾ ਮੋਟੀਆਂ ਮੈਂ ਦੁਬਾਰਾ ਬਹੁਤ ਪਤਲੀਆਂ ਘੱਟੋ ਘੱਟ ਦੁਬਾਰਾ ਇੰਨੀਆਂ ਪਤਲੀਆਂ ਇੰਨੀ ਪਤਲੀ ਦੁਬਾਰਾ ਇਹਦੀ ਹੁਣ ਇਹਦੀ ਜਿਹੜੀ ਵਿੱਚ ਵਾਲੀ ਰਿਪੇਅਰ ਹੈ ਇਹ ਆਪਾਂ ਚਾਹੇ ਇਹਨੂੰ ਪੁੱਠਾ ਕਰਕੇ ਰਿਪੇਅਰ ਕਰ ਲਈਏ ਚਾਹੇ ਇਹਨੂੰ ਸਿੱਧਾ ਖੜੇ ਨੂੰ ਰਿਪੇਅਰ ਕਰ ਲਈਏ ਪਰ ਮੈਂ ਇਹਨੂੰ ਪੁੱਠਾ ਕਰਕੇ ਰਿਪੇਅਰ ਕਰੂੰਗਾ ਇੱਕ ਚੀਜ਼ ਦੇਖੋ ਇਹਦੇ ਇਹ ਸੁੱਕਣ ਤੋਂ ਬਾਅਦ ਬਹੁਤ ਜ਼ਿਆਦਾ ਹਲਕਾ ਹੋ ਗਿਆ ਅਤੇ ਥੋੜ੍ਹਾ ਜਿਹਾ ਹੋਰ ਸੁੱਕ ਜਾਏਗਾ ਹੋਰ ਹਲਕਾ ਹੋ ਜਾਣਾ ਇੱਦਾਂ ਚੱਕ ਸਕਦੇ ਆਪਾਂ ਇਹ ਪੁੱਠਾ ਕਰ ਲਿਆ ਆਪਾਂ ਨੇ ਤੰਦੂਰ ਨੂੰ ਲਓ ਜੀ ਹੁਣ ਰਹਿੰਦਾ ਹੁੰਦਾ ਇੱਧਰੋਂ ਆਪਾਂ ਇਹਨੂੰ ਰਿਪੇਅਰ ਕਰ ਦੇਣੀ ਹੈ ਪੈਰਾਂ ਤੋਂ ਆਪਾਂ ਨੇ ਤਿਆਰ ਕਰਨਾ ਗਾਰਾ ਜਿਹੜੀ ਅੰਦਰ ਮਾੜੀ ਮੋਟੀ ਰਿਪੇਅਰ ਹੈ ਇਹ ਕਰ ਦਾਂਗੇ ਆਪਾਂ ਇੱਦਾਂ ਹੀ ਸਾਰੇ ਪਾਸੋਂ ਭਰਨਾ ਇਹਨੂੰ ਰਿਪੇਅਰ ਕਰਨ ਤੋਂ ਬਾਅਦ ਦਿਖਾਉਂਦੇ ਹਾਂ ਤੁਹਾਨੂੰ ਵੀਡੀਓ ਇਹ ਨਿਚਲਾ ਪਾਸਾ ਤੰਦੂਰ ਦਾ ਇੱਧਰ ਜ਼ਿਆਦਾ ਲੋੜ ਨਹੀਂ ਹੈਗੀ ਵੈਸੇ ਰਿਪੇਅਰ ਕਰਨ ਦੀ ਫਿਰ ਵੀ ਚਲੋ ਆਪਾਂ ਦੇਖਣ ਨੂੰ ਵਧੀਆ ਲੱਗੇ ਤਾਂ ਕਰਕੇ ਕਰ ਲੈਂਦੇ ਹਾਂ ਲਓ ਜੀ ਅੰਦਰੋਂ ਤੰਦੂਰ ਸਾਡਾ ਤਿਆਰ ਹੋ ਗਿਆ ਪੂਰੀ ਸਫਾਈ ਆ ਗਈ ਇਹਦੇ ਅੰਦਰ ਗਿੱਲਾ ਹੱਥ ਮਾਰਦਾ ਆਪਾਂ ਨੇ ਇੱਕ ਵਾਰੀ ਗਿੱਲਾ ਕਰਕੇ ਹੱਥੇ 'ਚ ਪੋਚਾ ਨਾ ਲਗਾਇਓ ਜ਼ਿਆਦਾ ਰਿਪੇਅਰ ਇਹਦੀ ਆਪਾਂ ਕੱਲ੍ਹ ਕਰਤੀ ਸੀਗੀ ਥੋੜ੍ਹੇ ਰਹਿ ਗਿਆ ਬਸ ਕੰਪਲੀਟ ਹੋਣ ਨੂੰ ਸੁੱਕਣ ਨੂੰ ਅੱਜ ਧੁੰਦ ਫੇਰ ਪੈ ਗਈ ਮੀਂਹ ਤੋਂ ਬਾਅਦ ਅਤੇ ਹੁਣ ਤੁਹਾਨੂੰ ਇਹਨੂੰ ਸਿੱਧਾ ਕਰਕੇ ਦਿਖਾਉਂਦੇ ਹਾਂ ਅੰਦਰੋਂ ਜੀ ਤੰਦੂਰ ਸਾਡਾ ਬਣ ਕੇ ਹੋ ਗਿਆ ਤਿਆਰ ਇੱਦਾਂ ਤੁਸੀਂ ਆਪਣੇ ਘਰ 'ਚ ਬਣਾ ਸਕਦੇ ਹੋ ਤੰਦੂਰ ਇਹ ਅੰਦਰੋਂ ਸਫਾਈ ਹੈ ਇਹਦੀ ਢੱਕਣ ਹੈ ਜੀ ਉੱਪਰਲਾ
नीचे वाले रखना है जी, इदा यदि हवा बंद हो जाएगी। लो जी तंदूर अपना हो गया रेडी, थोड़ा जी धुप्पा लगे लग जाएगी इन एक दो दिन च। लो जी साडा तंदूर हो गया बिल्कुल ओके है जी, इदा तुसीं अपने घर विच बना सकदे हो तंदूर। हाँ जी, अगर तुहानू साडी वीडियो चंगी लगी वधिया लगी तां वीडियो नू लाइक जरूर कर दिओ, चैनल नू सबसक्राइब कर दिओ, तो शेयर कर दिओ पूरा दब के। तो ठीक है जी, मिलते हैं अगली वीडियो च। तो तुहानू अगली वीडियो च आपां इहनू थोड़ा जिहा सीन पा देंगे फिट करन दा, क्योंकि पहला भी आपां वीडियो पा चुके हैं तंदूर फिट करन दी, ते बार बार इको चीज़ पाई जाना ठीक नहीं है। तो कई भरावां दी कमेंट करन तो बाद आपां ने पूरी डिटेल च वीडियो पाई है, ये बाद च इहदा मसाला बना के दिखावांगे अंदर किद्दां इहनू मसाला लगाना। अंदरों पोचा ना लगाया तंदूर नू, क्योंकि अगर आपां ने अंदरों पोचा लगा दिया मोटा पोचा लग गया गलती नाल तां रोटियां नू मिट्टी लगनी शुरू हो जानी है। तो ठीक है जी, मिलते हैं नैक्सट वीडियो च, पार्ट टू लेके आवांगे अपने वीडियो का। सारयां नू सत श्री अकाल जी, सलाम नमस्ते।